चोन प्रचार के आखिरी दिन हरेक पार्टी वालों जोड़ा अज जे रोड शो कटे जा रहे हैं, अपनी जी पावर का वो दिखाई जा रही है, लोगों के जाके लोगों बाजारों के जाके अपने जलो जला के नाल जोड़ा चोन प्रचार में एन शिखर उत्ते लिजाया जा रहा है। अज अं खड़े हाँ बी एस सांपलाई के ऑफिस जिते भाजपा का जोड़ा रोड शो आ थोड़ी देर में शुरू होने वाला है। अभी गल करना चाहवागे बी एस सांपलाई जी इत जो देख रहे पूरा जोड़ा नारोबाजी जी सांपलाई के हक में जी हो रही है। तो सांपलाई साढ़े नाल सांपलाई कि चल रहा पहले तुम देख रहे हो कि लोगों के जोश है और अज क्योंकि आखिरी दिन है चुनाव प्रचार का और ये विशेष रूप से अर्जुन रामपाल जी जिहड़े बॉलीवुड एक्टर ने वो साडे विच हाजिर हो रहे हैं और ये भी बहुत वड्डी गल है। कितना तुम पिंडां विच गए हो शहरां विच गए हो जिहड़ा रिस्पोंस मिलिया उन्होंने देख के कितना कि जिहड़ा है लगा कि अपनापन लोकां दा पहला पिंडां दे विच सानूं बहुत अच्छा रिस्पोंस मिलिया। असीं पिंडां विच भी जांदे हां तुसी देखते हैं फोटो आनी है वीडियो आ रही हैं पिंडा दे विच साडियां भरमियां मीटिंगां हो रही हैं और जिहड़ा पहला सानूं किते ना किते डराने की कोशिश की गई सी। मैं उन्हां सारे पंजाबियों का धन्यवाद करदा कि जिन्होंने सद्भावना बना के रखिया माहौल नहीं खराब किया और साडे सारे ही उन्हां सारे भाईचारक सांझ नूं बनाउण वालियां दा मैं दिली गहराई तो धन्यवाद करदा। ਤੁਸੀਂ ਪਗਵਾੜਾ ਦੇ ਵਿੱਚ ਜਿਹੜੇ ਕੰਮ ਕੀਤੇ ਗੱਲ ਕੀਤੀ ਸੀ ਕਿ ਪਗਵਾੜਾ 'ਚ ਮੈਂ ਆਹ ਕੰਮ ਕੀਤੇ ਆ ਤੁਸੀਂ ਰਿਟਰਨ ਗਿਫਟ ਮੰਗਿਆ ਸੀ ਲੋਕਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਇਸ ਮੌਕੇ ਉੱਤੇ ਤੁਹਾਨੂੰ ਰਿਟਰਨ ਗਿਫਟ ਦੇ ਕੇ ਅੱਗੇ ਤੋਂ ਕੰਮ ਕਰਨ ਦਾ ਮੌਕਾ ਦੇਣਗੇ? ਤੁਸੀਂ ਜਾ ਕੇ ਕਿਸੇ ਰੇੜੀ ਫੜੀ ਵਾਲੇ ਨੂੰ ਤਾਂ ਪੁੱਛੋ ਕਿਸੇ ਸ਼ਹਿਰ ਦੇ ਨਾਗਰਿਕ ਨੂੰ ਪੁੱਛੋ ਔਰ ਉਹ ਸਾਰੇ ਕਹਿੰਦੇ ਕਿ ਜੇ ਵਿਕਾਸ ਕੀਤਾ ਹੈ ਤਾਂ ਸਿਰਫ ਵਿਜੇ ਸਾਂਪਲਾ ਨੇ ਕੀਤਾ ਜਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੇਰੇ ਤੋਂ ਪਹਿਲਾਂ MLA ਜਿੱਤੇ ਨੇ ਉਹਨਾਂ ਸਾਰਿਆਂ ਨੇ ਵਿਕਾਸ ਕੀਤਾ ਚਾਹੇ ਉਹ ਸੋਮ ਪ੍ਰਕਾਸ਼ ਸੀ ਚਾਹੇ ਚੌਧਰੀ ਸੁਵਰਨਾ ਰਾਮ ਸੀ ਮੰਡੀ ਉਹਨਾਂ ਨੇ ਬਣਾਈ ਇੰਡਸਟਰੀ ਸਟੇਟ ਜਿਹੜਾ ਉਹਨਾਂ ਨੇ ਬਣਾਇਆ ਪੁਲ ਉਹਨਾਂ ਨੇ ਬਣਾਇਆ ਹਦੀਆਬਾਦ ਦਾ ਬੱਸ ਸਟੈਂਡ ਉਹਨਾਂ ਨੇ ਬਣਾਇਆ ਔਰ ਪਾਰਕਿੰਗ ਜਿਹੜੀ ਆ ਭਾਜਪਾ ਨੇ ਬਣਾਈ ਆ ਸਾਰਾ ਕੰਮ ਤਾਂ ਭਾਜਪਾ ਨੇ ਕੀਤਾ ਇੱਕ ਵੀ ਕੰਮ ਤੁਸੀਂ ਕਾਂਗਰਸ ਦਾ ਗਣਾ ਦਿਓ ਵੋਟ ਲੋਕ ਪਾਉਣ ਕਿਉਂ ਲੋਕ ਸਿਰਫ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਪੈਸੇ ਦੇ ਜ਼ੋਰ ਤੇ ਖਰੀਦ ਲੈਣਗੇ ਪਰ ਪੰਜਾਬ ਦੇ ਲੋਕ ਜਾਂ ਫਗਵਾੜੇ ਦੇ ਲੋਕ ਉਹਨਾਂ ਦੀ ਹੁਣ ਬਹਿਕਾਵਿਆਂ 'ਚ ਨਹੀਂ ਆਉਣ ਵਾਲੇ ਨਾ ਉਹਨਾਂ ਦੀ ਸ਼ਰਾਬ ਦੇ ਉੱਤੇ ਪੈ ਵੋਟ ਦੇਣ ਵਾਲੇ ਨੇ ਨਾ ਉਹਨਾਂ ਦੇ ਪੈਸੇ ਦੇ ਉੱਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਔਰ ਮੋਦੀ ਦੀਆਂ ਨੀਤੀਆਂ ਦੇ ਔਰ ਕੀਤੇ ਹੋਏ ਕੰਮਾਂ ਦੇ ਉੱਤੇ ਭਾਜਪਾ ਨੂੰ ਵੋਟ ਦੇਣਗੇ। ਇਹ ਸਨ ਵਿਜੇ ਸਾਂਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਕੰਮ ਜੋ ਕੀਤੇ ਉਹਨਾਂ ਦੇ ਸਿਰ 'ਤੇ ਅਤੇ ਆਉਣ ਵਾਲੇ ਕੰਮਾਂ ਦੇ ਸਿਰ 'ਤੇ ਜਿਹੜੇ ਆ ਇਹ ਵੋਟ ਪਾਈ ਜਾਵੇਗੀ। ਅਸੀਂ ਦੇਖਣਾ ਦਿਖਾਉਣਾ ਚਾਹੁੰਦੇ ਹਾਂ ਕਿ ਬਹੁਤ ਭਾਰੀ ਰਸ਼ ਜਿਹੜਾ ਆ ਇੱਥੇ ਵਿਜੇ ਸਾਂਪਲਾਈ ਦੇ ਆਫਿਸ ਦੇ ਵਿਖੇ ਹੈ ਅਤੇ ਜਿਹੜੀ ਆ ਭਾਜਪਾ ਦੇ ਹੱਕ ਵਿੱਚ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਆ ਉਹ ਅਪੀਲ ਕੀਤੀ ਜਾ ਰਹੀ ਹੈ। ਕੈਮਰਾਮੈਨ ਅਜੇ ਦੇ ਨਾਲ ਹਰਮਿੰਦਰ ਸਿੰਘ ਬਸਰਾ ਲਿਵਿੰਗ ਇੰਡੀਆ ਫਗਵਾੜਾ।